कोरोना काल विच अहम भूमिका अदा करन वाले पंजाब पुलिस च भर्ती होए वलंटियर अमृतसर विच हुण धरने प्रदर्शन करन लई मजबूर ने। अमृतसर विच पंजाब पुलिस दे कोरोना काल दे समय भर्ती होए पंजाब पुलिस दे वलंटियर ने अमृतसर दे पुलिस कमिश्नर नू मंग पत्र भी सौंपिया है। पत्रकारां नाल गल करदे होए पंजाब पुलिस दे वलंटियर ने कहा कि कोरोना काल तो लैके अज तक ओह पंजाब पुलिस नाल ड्यूटी कर रहे ने। उन्हां नू अजे तक नौकरी ते पक्के तौर ते नहीं रखिया गया ते ना ही उन्हां नू कोई तनखाह दित्ती गई है। इसलिए असीं पुलिस कमिश्नर नू मंग पत्र दिता है कि उन्हां नू नौकरी ते पक्का रखिया जावे, नहीं तो वह वड्डे पद्धर ते रोस प्रदर्शन करनगे। हाँ जी, मैं कमिश्नर दफ्तर हो गई हाँ। मैं साडी मंग यही है कि सानू 7-7 महीने हो गए ड्यूटियां करदे नू, असीं भी अपना घर बार छड्ड के आए हैं। साड़ी यही मांग है कि सानू भर्ती किया जाए, पर असं जिस तरह उन्होंने गलबात करके आए हैं, वो सानू कह रहे हैं कि तुम ये अपने दिल चो भुलेखा कर दो कि तुम्हें ड्यूटी दी जाएगी जो कोई नौकरी च पक्का किया जाएगा। वो कहते थोड़े दिल च आया कि निष्काम सेवा जो वलंटियर होंगे वो होंगे निष्काम सेवा, तो हमारे मन च कोई लालच है, इसलिए वो कहते कि तुम अपनी ड्यूटियां होर कोई ज्वाइन करो, अपने टी शर्ट धो के रख दो। ਜਦੋਂ ਅਸੀਂ ਆਨਲਾਈਨ ਫਾਰਮ ਭਰੇ ਸੀਗੇ ਉਦੋਂ ਸਾਨੂੰ ਸਿਰਫ ਇਹ ਦੱਸਿਆ ਗਿਆ ਸੀਗਾ ਕਿ ਤੁਹਾਨੂੰ ਇਹਦੇ ਵਿੱਚ ਕੋਈ ਭੱਤਾ ਨਹੀਂ ਮਿਲੇਗਾ, ਕੋਈ ਸੈਲਰੀ ਵਗੈਰਾ ਨਹੀਂ ਮਿਲੇਗੀ। ਅਸੀਂ ਆਪਣੀ ਜੇਬ ਖਰਚੀ ਕਰਕੇ ਆਪਣਾ ਪੈਟਰੋਲ ਖਰਚਾ ਕਰਕੇ ਆਪਣੀ ਰੋਟੀ ਪਾਣੀ ਦਾ ਖਰਚਾ ਅਸੀਂ ਖੁਦ ਆਪਣੇ ਕੋਲੋਂ ਕਰਕੇ ਆ ਰਹੇ ਹਾਂ। ਇਸ ਲਈ ਅਸੀਂ ਸਰਕਾਰ ਕੋਲ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਕੋਈ ਨਾ ਕੋਈ ਤਾਂ ਸਹੂਲਤ ਜ਼ਰੂਰ ਦਿੱਤੀ ਜਾਵੇਗੀ। ਮੇਰੇ ਨਾਲ ਨੇ ਹੁਣ ਜਿਸ ਤਰ੍ਹਾਂ ਇਹ ਕਹਿਣਗੇ ਅਸੀਂ ਉਸ ਤਰ੍ਹਾਂ ਇਹਨਾਂ ਦੇ ਨਾਲ ਨਾ ਵੀ ਅਸੀਂ ਧਰਨਾ ਲਾਵਾਂਗੇ, ਸੰਘਰਸ਼ ਕਰਾਂਗੇ ਅਸੀਂ ਵੀ। ਕਾਰਨ ਸਰ ਮੰਗ ਅਸੀਂ ਆਪਣੀ ਮੰਗ ਰੱਖੀ ਜੀ ਕੈਪਟਨ ਸਰਕਾਰ ਜੀ ਦੇ ਅੱਗੇ, ਇਹਨਾਂ ਕੋਲ ਅਸੀਂ ਬੇਨਤੀ ਕਰਨ ਆਏ ਹਾਂ ਜੀ ਕਮਿਸ਼ਨ ਸਾਹਿਬ ਜੀ ਕੋਲ। ਕੀ ਮੰਗ ਕੀ ਰੱਖੀ? ਮੰਗ ਸਾਡੀ ਸਰ ਇਹੋ ਹੀ ਆ ਵੀ ਸਾਨੂੰ 6-7 ਮਹੀਨੇ ਹੋ ਗਏ ਆ ਔਨ ਡਿਊਟੀ ਆ ਤੇ ਇਸ ਟਾਈਮ ਵੀ ਅਸੀਂ ਡਿਊਟੀ 'ਤੇ ਹੀ ਆ। ਠੀਕ ਹੈ ਠੀਕ ਹੈ, ਸਾਡੇ ਮੰਗ ਇਹੋ ਹੀ ਆ ਵੀ ਸਾਨੂੰ ਡਿਪਾਰਟਮੈਂਟ ਵਿੱਚ ਪੱਕੇ ਤੌਰ 'ਤੇ ਰੱਖਿਆ ਜਾਵੇ। ਜੋ ਸ਼ੁਰੂਆਤ 'ਚ ਇਹਨਾਂ ਨੇ ਤੁਹਾਡੇ ਨਾਲ ਕੀ ਵਾਅਦਾ ਕੀਤਾ ਸੀ ਜਦੋਂ ਤੁਹਾਨੂੰ? ਵਾਅਦਾ ਸਰ ਕੋਈ ਨਹੀਂ, ਵਾਅਦਾ ਜਿਹੜੇ ਫਾਰਮ ਕੱਢੇ ਗਏ ਸੀ ਇੱਛੁਕ ਸੇਵਾ ਸੀ ਉਹ, ਠੀਕ ਹੈ ਜੀ, ਪਰ ਆਏ ਵੀ ਅਸੀਂ ਇੱਛੁਕ ਸੇਵਾ ਤੌਰ 'ਤੇ ਹਾਂ। ਜਦੋਂ ਪੰਜਾਬ ਸਰਕਾਰ ਨੇ ਗਲਤ ਵਿਸ਼ਿਆਂ 'ਤੇ ਨੌਕਰੀਆਂ ਦਿੱਤੀਆਂ ਲੋਕਾਂ ਨੂੰ ਤੇ ਫਿਰ ਸਰ ਅਸੀਂ ਔਖੇ ਟਾਈਮ ਦੇ ਨਾਲ ਖੜੇ ਆਂ ਤੇ ਪਹਿਲ ਸਾਨੂੰ ਕਿਉਂ ਨਹੀਂ ਦਿੱਤੀ ਗਈ ਇਸ ਚੀਜ਼ ਦੀ? ਅੱਛਾ, ਅੱਜ ਕਮਿਸ਼ਨਰ ਸਾਹਿਬ ਨੇ ਕੀ ਆਸ਼ਵਾਸਨ ਦਿਵਾਇਆ ਤੁਹਾਨੂੰ? ਕਮਿਸ਼ਨਰ ਸਾਹਿਬ ਨੇ ਇਹ ਗੱਲ ਕਹੀ ਆ ਵੀ ਜਿਵੇਂ ਕਿ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਲੋਕਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਬਣਦੀ ਹੈ ਕਿ ਪੰਜਾਬ ਸਰਕਾਰ ਦੀ ਪਾਲਿਸੀ ਹੁੰਦੀ ਆ, ਠੀਕ ਹੈ ਜੀ, ਤੇ ਇਸ ਤਰ੍ਹਾਂ ਜਿੱਦਾਂ ਤੁਸੀਂ ਕਹੋ ਵੀ ਡਾਇਰੈਕਟਲੀ ਜੋਬ, ਇਦਾਂ ਡਾਇਰੈਕਟਲੀ ਜੋਬ ਨਹੀਂ ਮਿਲਦੀ। ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਸਰ ਜਿੱਦਾਂ ਟਿਕਟੌਕ ਸਟਾਰ ਦੇ ਲੜਕੀ ਸੀ ਜਿਹੜੀ ਟਿਕਟੌਕ ਸਟਾਰ ਆਪਣਾ ਨੂਰ, ਉਹਦੇ ਪਿਤਾ ਨੂੰ ਮਤਲਬ ਜੋਬ ਦਿੱਤੀ ਗਈ ਆ ਗਵਰਨਮੈਂਟ ਜੋਬ, ਇੱਕ ਲੜਕਾ ਜਿਹੜਾ ਇੱਥੇ ਆਪਣੇ ਨਵੇਂ ਕੋਟ ਦਾ ਗੋਲਗੱਪੇ ਵੇਚਦਾ ਸੀ ਉਹਦੇ ਫਾਦਰ ਸਾਹਿਬ ਨੂੰ ਦਿੱਤੀ ਆ ਜੋਬ, ਤੇ ਸਰ ਫਿਰ ਸਾਨੂੰ ਕਿਉਂ ਨਹੀਂ? ਉਹ ਕਹਿੰਦੇ ਸੋਸ਼ਲ ਮੀਡੀਆ ਤੇ ਵਾਇਰਲ ਇਦਾਂ ਹੁੰਦੀਆਂ ਵਾ ਤੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਆਪਣਾ ਰੌਲਾ ਪਾ ਸਕਦੇ ਤੇ ਪਾ ਲਓ, ਬਸ ਇੰਨਾ ਕਹਿ ਕੇ ਅਸੀਂ ਆ ਗਏ ਜੀ। ਬਸ ਹੁਣ ਅੱਗੋਂ ਕੀ ਰਣਨੀਤੀ? ਅੱਗੋਂ ਵੀਰ ਜੀ ਰਣਨੀਤੀ ਇਹ ਆ ਸਾਡੀ ਵੀ ਸਾਡਾ ਸੰਘਰਸ਼ ਜਾਰੀ ਆ ਤੇ ਅਸੀਂ ਹਾਲੇ ਵੀ ਡਿਊਟੀ ਕਰ ਰਹੇ ਹਾਂ ਤੇ ਕਰਦੇ ਰਵਾਂਗੇ। ਅੰਮ੍ਰਿਤਸਰ ਤੋਂ ਗੁਰਦਿਆਲ ਸਿੰਘ ਦੀ ਰਿਪੋਰਟ।